ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਤੇ ਔਰਤ ਦੀ ਬੇਰਾਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫਤਾਰ ਕੀਤਾ ਗਿਆ। ਦੇਰ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਸ ਦੇ ਭਰਾ ਸੰਨੀ ਚੌਧਰੀ ਸਮੇਤ 6 ਜਣਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਪਡੇਟ ਦੇ ਰਹੇ ਇਸ ਮੁਕਦਮੇ ਦੀ, ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਰਾਕੇਸ਼ ਚੌਧਰੀ ਹੈਗਾ ਜਿਹੜਾ ਕੌਂਸਲਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ, ਔਰ ਇਹਦੇ ਵਿੱਚ ਇੱਕ ਬੱਚਾ ਜਿਹੜਾ ਹੈਗਾ ਆ 13 ਸਾਲਾਂ ਦਾ ਹਸਨ, ਰੇਨੂ ਅਤੇ ਜੋਤੀ ਦੋ ਲੇਡੀਜ਼ ਆ ਉਹ ਰਹਿ ਗਈਆਂ ਜੀ। ਇਹ ਤਿੰਨ ਜਿਹੜੇ ਹੈਗੇ ਆ ਜਿਹੜੇ ਵੀਡੀਓ ਦੇ ਵਿੱਚ ਜਿਹੜੇ ਬਾਕੀ ਜਿੰਨੇ ਵੀ ਦੋਸ਼ੀ ਵੀਡੀਓ ਵਾਇਰਲ ਹੋਈ ਸੀਗੀ ਜਿਹੜੇ ਉਹ ਸਾਰੇ ਅਰੈਸਟ ਕਰ ਲਏ ਗਏ, ਔਰ ਜਿਹੜਾ ਜਿਹੜਾ ਰਾਕੇਸ਼ ਚੌਧਰੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ ਸੀ। ਮੈਨੂੰ ਵੱਖਰੇ ਵੱਖਰੇ ਜਥੇਬੰਦੀਆਂ ਔਰ ਜਿੰਨੇ ਵੀ ਲੋਕ ਜਿਹਨਾਂ ਨੂੰ ਇਸ ਕ੍ਰਾਈਮ ਦੇ ਨਾਲ ਸੀਗਾ ਉਹਨਾਂ ਨੇ ਜਿਹੜੇ ਆਏ ਸੀ ਇੱਥੇ ਲੜਕੀ ਦੀ ਵਿਕਟਿਮ ਦੀ ਖਬਰ ਲੈਣ ਲਈ, ਔਰ ਉਹ ਮੇਰੇ ਆਫਿਸ ਵੀ ਆਏ ਮੈਨੂੰ ਮਿਲੇ ਹੈਗੇ, ਔਰ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਹੈਗਾ ਕਿ ਅਸੀਂ ਪਹਿਲੇ ਹੀ ਦਿਨ ਤੋਂ ਜਦੋਂ ਇਹ ਕ੍ਰਾਈਮ ਵਾਪਰਿਆ ਬੜੇ ਸੰਜੀਦਗੀ ਨਾਲ ਜਿਹੜਾ ਹੈਗਾ ਅਸੀਂ ਇਹਨੂੰ ਲੈ ਕੇ ਇਹਨੂੰ ਅਰੈਸਟ ਕੀਤੇ ਹੈਗੇ, ਔਰ ਅੱਜ ਜਿਹੜਾ ਹੈਗਾ ਅੱਜ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਅੱਗੇ ਜਿਹੜੀਆਂ ਸਾਡੀਆਂ ਅਰੈਸਟ ਰਹਿੰਦੀਆਂ ਅਸੀਂ ਜਲਦੀ ਕਰ ਲਾਂਗੇ, ਔਰ ਜਿਹੜਾ ਜਲਦੀ ਅਸੀਂ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰਕੇ ਇਹਦਾ ਜਲਦੀ ਟ੍ਰਾਇਲ ਸਟਾਰਟ ਕਰਾ ਦਾਂਗੇ। ਸਰ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਰੁਪਾਣ ਦਾ ਹੈਗਾ ਜਿਹੜਾ ਰਾਕੇਸ਼ ਚੌਧਰੀ ਹੈਗਾ ਇਹ ਕਬਾੜ ਦਾ ਕੰਮ ਵੀ ਕਰਦਾ ਆ, ਇਹਦੇ ਕੋਲ ਸ਼ਰਾਬ ਦੇ ਠੇਕਿਆਂ ਦਾ ਵੀ ਕੰਮ ਕਰਦਾ ਆ, ਔਰ ਇੱਕ ਹੈਗਾ ਇਹਦੇ 'ਚ ਹਾਂਜੀ ਕਮੇਟੀਆਂ ਜਿਹੜੀਆਂ ਕਮੇਟੀਆਂ ਆ ਕਮੇਟੀਆਂ ਦਾ ਵੀ ਜਿਹੜਾ ਕੰਮ ਕਰਦਾ ਕਮੇਟੀਆਂ ਦਾ ਵੀ ਕੰਮ ਕਰਦਾ ਜੋ ਹੁਣ ਤੱਕ ਆਇਆ, ਕਿਉਂਕਿ ਹਾਲੇ ਬੜੀ ਮੁੱਢਲੀ ਹੈਗੀ ਆ ਡਿਟੇਲ ਸਾਰੀ ਇਹਨਾਂ ਦੀ ਜਿਹੜੀ ਹੈਗੀ ਇਹਨਾਂ ਦੀ ਜਿਹੜੀ ਪਾਸਟ ਕ੍ਰਿਮੀਨਲ ਬੈਕਗ੍ਰਾਊਂਡ ਜਿਹੜੀ ਕੁਛ ਮੁਕਦਮਿਆਂ ਬਾਰੇ ਪਤਾ ਲੱਗਿਆ ਸਨੀ ਚੌਧਰੀ ਦਾ, ਸੁਰੇਸ਼ ਚੌਧਰੀ ਦਾ ਅਤੇ ਸ਼ੇਖੂ ਦਾ, ਇਹਨਾਂ ਦੇ ਜਿਹੜੇ ਹਰਟ ਕੇਸਿਸ ਦੇ ਜਿਹੜੇ ਕੁੱਟਮਾਰ ਦੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਹੋਏ ਆ, ਔਰ ਜਿਹੜੀ ਹੈਗੀ ਬਾਕੀ ਜਿਹੜੀ ਡਿਟੇਲ ਤਫਤੀਸ਼ ਹੈਗੀ ਆ ਕਿਉਂਕਿ ਇਹ ਸਾਰੇ ਹੁਣ ਆਪਣੇ ਕੋਲ ਇਹ ਚੀਜ਼ ਜਿਹੜੇ ਮੇਨ ਹੈਗੇ ਉਹ ਸਾਰੇ ਦੋਸ਼ੀ ਅਰੈਸਟ ਹੋ ਚੁੱਕੇ ਆ, ਤੋ ਅਸੀਂ ਜਿਹੜਾ ਹੈਗਾ ਅੱਗੇ ਫਰਦਰ ਇਹਨੂੰ ਜਿਹੜਾ ਹੈਗਾ ਸਾਰਾ ਇਨਵੈਸਟੀਗੇਸ਼ਨ 'ਚ ਚੀਜ਼ਾਂ। ਸਰ ਕਮੇਟੀਆਂ ਦੀ ਗੱਲ ਤੁਸੀਂ ਕੀਤੀ ਹੈ, ਕੀ ਉਹ ਰਜਿਸਟਰਡ ਹੈ ਉਹਨਾਂ ਦਾ? ਉਹ ਵੀ ਸਾਰਾ ਨੇ ਜੀ, ਨਹੀਂ ਰਜਿਸਟਰਡ ਕਿੱਥੇ ਹੁੰਦੀਆਂ ਕਮੇਟੀਆਂ? ਔਰ ਜਿਹੜਾ ਹੈਗਾ ਇਹ ਜਿਹੜੀ ਆਪਣੇ ਲੈਵਲ 'ਤੇ ਇਹਨਾਂ ਨੇ ਜਿਹੜੀ ਕਰਦਾ ਹੈਗਾ ਉਹ ਬਕਾਇਦਾ ਉਹਦੀ ਡਿਟੇਲ ਜਿਹੜੀ ਹੈਗੀ ਸਾਰੀ, ਹਾਂਜੀ ਉਹ ਸਾਰਾ ਅਸੀਂ। ਸਰ ਜਿਹੜੇ ਵੀਡੀਓ ਦੇ ਵਿੱਚ ਅਸੀਂ ਦੋਸ਼ੀ ਉਹ ਤਾਂ ਸਾਰੇ ਤੁਸੀਂ ਕਰ ਲਏ ਕਵਰ, ਹਾਂਜੀ ਕੋਈ ਇਨਵੈਸਟੀਗੇਸ਼ਨ 'ਚ ਇਸ ਤਰ੍ਹਾਂ ਦੇ ਵੀ ਆਏ ਚਿਹਰੇ ਜਿਹੜੇ ਵਜਾਉਣ ਦੇ ਕਰਟਨ ਹੋਣ, ਹਾਂਜੀ ਜਿਹੜੇ ਪਰਦੇ ਦੇ ਪਿੱਛੇ ਹੋਣ? ਨੈਚੁਰਲੀ ਇਸ ਤਰ੍ਹਾਂ ਦੇ ਬੰਦਿਆਂ ਨਾਲ ਲੋਕ ਹੋਰ ਵੀ ਜੁੜੇ ਹੁੰਦੇ ਆ ਨਾ ਕ੍ਰਿਮੀਨਲ ਜਿਹੜੇ, ਇਹ ਜਿਹੜੇ ਹੁਣ ਤੱਕ ਆਏ ਹੈਗੇ ਆ ਹੁਣ ਤੱਕ ਤਾਂ ਸਾਰੇ ਜਿਹੜੇ ਇਹਨਾਂ ਦੇ ਦੱਸੇ ਹੈਗੇ ਉਹ ਸਾਰੇ ਇਹੀ ਹੈਗੇ ਆ, ਜੇ ਅੱਗੇ ਇਨਵੈਸਟੀਗੇਸ਼ਨ 'ਚ ਹੋਰ ਜਦੋਂ ਅਸੀਂ ਇਹਨੂੰ ਜਿਹੜਾ ਹੈਗਾ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕਰਾਂਗੇ ਜਿਹੜਾ ਕੌਂਸਲਰ ਜਿਹੜਾ ਹੈਗਾ ਫੜਿਆ ਸੀ ਉੱਥੋਂ ਹੋਰ ਕੋਈ ਡਿਟੇਲ ਮਿਲਦੀ ਹੈ ਤਾਂ ਜ਼ਰੂਰ ਉਹਦੇ ਬਾਰੇ ਤੁਹਾਨੂੰ ਅਪਡੇਟ ਦਿਓ। ਇੱਕ ਸਰ ਉਹਨਾਂ ਨੇ ਅੱਜ ਬਿਆਨ ਦਿੱਤਾ ਸੀਗਾ ਮੀਡੀਆ ਨੂੰ ਵੀ ਅਤੇ ਜਿੰਨੇ ਜਥੇਬੰਦੀਆਂ ਸੀ ਉਹਨਾਂ ਨੂੰ ਵੀ ਉਹਨਾਂ ਦੀ ਇੱਕ ਛੋਟੀ ਜਿਹੀ ਬੱਚੀ ਦੀ ਉਹਨਾਂ ਨੇ ਧਮਕੀ ਦਿੱਤੀ ਵੀ ਜੇ ਤੁਸੀਂ ਪੈਸੇ ਨਾ ਦਿੱਤੇ ਅਸੀਂ ਉਹਨੂੰ ਚੱਕ ਕੇ ਲੈ ਜਾਵਾਂਗੇ। ਠੀਕ ਹੈ ਜੀ, ਉਹ ਵੀ ਕੋਈ ਉਹਦੇ ਵਿੱਚ ਜਿਹੜੀਆਂ ਵੀ ਓਫੈਂਸਿਸ ਅਸੀਂ ਤੁਸੀਂ ਦੇਖਿਆ ਹੋਣਾ ਹੈ ਨਾ ਜਿਹੜੀ ਓਫੈਂਸਿਸ ਲਾਈਆਂ ਹੈਗੀਆਂ ਸਾਰੀਆਂ ਓਫੈਂਸਿਸ ਜਿਹੜੀਆਂ ਉਹਨਾਂ ਦੀ ਸਟੇਟਮੈਂਟ 'ਚ ਆਈਆਂ ਅਸੀਂ ਸਾਰੀਆਂ ਐਡ ਆਨ ਕਰ ਲਈਆਂ, ਅਤੇ ਦੂਜੀ ਜਿਹੜੀ ਉਹ ਸਿਕਿਉਰਿਟੀ ਦਾ ਪਾਰਟ ਹੈਗਾ ਆ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ, ਉਹਨਾਂ ਨੂੰ ਜਿਹੜੀ ਵਿਕਟਿਮ ਹੈਗਾ ਕੰਪਲੇਨੈਂਟ ਪਾਰਟੀ ਉਹ ਅਸੀਂ ਇਨਸ਼ੋਰ ਕਰਾਵਾਂਗੇ ਕਿ ਜਿਹੜਾ ਹੈਗਾ ਸਾਡੇ ਵੱਲੋਂ ਪਾਸੇ ਜਿਹੜਾ ਵੀ ਉਹਨਾਂ ਦਾ ਸਿਕਿਉਰਿਟੀ ਦਾ ਕੰਸਰਨ ਹੈਗਾ ਅਸੀਂ ਉਹਨੂੰ ਡੀਲ ਕਰਾਂਗੇ। ਵੁਮੈਨ ਕਮਿਸ਼ਨ ਨੇ ਅੱਗੇ ਸਾਡੇ ਕੋਲੋਂ ਇਸ ਸੰਬੰਧੀ ਜੋ ਅਸੀਂ ਕਾਰਵਾਈ ਕੀਤੀ ਹੈਗੀ ਸਾਰੀ ਡਿਟੇਲ ਜਿਹੜੀ ਹੈਗੀ ਸਾਨੂੰ 20 ਤਰੀਕ ਨੂੰ ਉਹਨਾਂ ਨੇ ਸਾਡੇ ਜਿਹੜੀ ਹੈਗੀ ਹੈ ਪੁਲਿਸ ਤੋਂ ਮੰਗੀਆਂ ਹੈਗੀਆਂ, ਉਹ ਅਸੀਂ ਸਾਰੀਆਂ ਜੋ ਹੁਣ ਤੱਕ ਦੀ ਸਾਡੀ ਜਿੰਨੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਉਹ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕੀਤਾ ਹੈਗਾ, ਨਾਲ ਕਰ ਰਹੇ ਹਾਂ ਅੱਗੇ ਅਸੀਂ 20 ਤਰੀਕ ਨੂੰ ਵੀ ਸਾਰਾ ਉਹਨਾਂ ਨੂੰ ਇਨਫੋਰਮ ਕਰਾਂਗੇ ਜੀ। ਮੈਡੀਕਲ 'ਚ ਕੋਈ ਸੀਰੀਅਸ ਇੰਜਰੀ ਆਈ ਹੈ? ਮੈਡੀਕਲ ਦੇ ਵਿੱਚ ਉਹਦੀਆਂ ਬਲੰਟ ਸਾਰੀਆਂ ਬਲੰਟ ਹੈਗੀਆਂ ਜਿੰਨੀਆਂ ਵੀ ਉਹਦੀਆਂ ਇੰਜਰੀਜ਼ ਹੈਗੀਆਂ, ਪਰ ਉਹ ਕਿਉਂਕਿ ਉਹ ਸੱਟਾਂ ਗੁੱਝੀਆਂ ਹੈਗੀਆਂ ਕਾਫੀ ਤਾਂ ਉਹ ਜਿਹੜੀਆਂ ਲੱਗੀਆਂ ਉਹਦੇ ਲੜਕੀ ਦੇ ਅੰਡੇ।
ਸਰ ਜਿਹੜੇ ਰਹਿ ਗਏ ਨਖਤ ਤਿੰਨ ਜਣੇ ਇੱਕ ਮੁੰਡਾ ਹੈ ਜੀ 13 ਸਾਲ ਦਾ ਓਕੇ ਜੀ ਔਰ ਦੋ ਲੇਡੀਜ਼ ਹੈਗੀ ਆ ਇੱਕ ਹੈਗਾ ਆ ਹਸਨ ਔਰ ਰੇਨੂ ਔਰ ਜੋਤੀ ਠੀਕ ਹੈ ਜੀ ਤਿੰਨ ਜਣੇ ਸਰ ਜਿਹੜੀ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਉਹ ਕਿੰਨਾ ਕਿੰਨਾ ਨੂੰ ਕੀਤਾ 20 ਤਰੀਕ ਨੂੰ ਜਿਹੜਾ ਕਿਹਾ ਜਾ ਰਿਹਾ ਹੈਗਾ ਡੀਐਸਪੀ ਸਾਹਿਬ ਨੂੰ ਜਾਂ ਤੁਹਾਨੂੰ ਜਾਂ ਐਸਓਐਸ ਨੂੰ ਉਹਦੇ 'ਚ ਕੁਛ ਇੱਦਾਂ ਬਾਈ ਨੇਮ ਨਹੀਂ ਲਿਖਿਆ ਜੀ ਸਾਡੀ ਅਸਾਂ ਜੀ ਆਪਣੇ ਜਿਹੜੇ ਇਨਵੈਸਟੀਗੇਟਿੰਗ ਆਫਿਸਰ ਹੈ ਸਾਡਾ ਸਾਡੇ ਸੁਪਰਵਾਈਜ਼ਰੀ ਆਫਿਸਰ ਜਿਹੜੇ ਇੱਥੇ ਇਸ ਸਬ ਡਿਵੀਜ਼ਨ ਹੈਗੇ ਬਕਾਇਦਾ ਅਸੀਂ ਉਹਨਾਂ ਨੂੰ ਸਾਰਾ ਡਿਟੇਲ ਇਹਦੇ ਬਾਰੇ ਦੇਵਾਂਗੇ ਔਰ ਜਿਹੜੇ ਵੀ ਸਾਡੇ ਕੋਲ ਅੱਜ ਜਿੰਨੇ ਵੀ ਸਾਡੇ ਕੋਲ ਲੋਕਾਂ ਨੇ ਲੋਕ ਆਏ ਹੈਗੇ ਇਸ ਸੰਬੰਧ ਦੇ ਵਿੱਚ ਇਸ ਕੇਸ ਨਾਲ ਜਿਹੜਾ ਜਾਣ ਕੇ ਇਸ ਕੇਸ ਨੂੰ ਜਿਹੜੇ ਪਹਿਲੂ ਉਹਦੇ ਇੱਥੇ ਸਾਨੂੰ ਮੈਨੂੰ ਆ ਕੇ ਮੈਨੂੰ ਵੀ ਮਿਲੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਜਲਦੀ ਅਰੈਸਟ ਕਰ ਲਾਂਗੇ ਅੱਜ ਸ਼ਾਮੀ ਤੁਹਾਡਾ ਸਪੈਸ਼ਲੀ ਜੀ ਸਾਨੂੰ ਮੈਨੂੰ DGP ਸਾਹਿਬ ਦਾ ਸਪੈਸ਼ਲ ਇੰਸਟਰਕਸ਼ਨ ਸੀਗੀਆਂ ਸਾਨੂੰ ਅੱਜ ਕੱਲ੍ਹ ਵੀ ਲਗਾਤਾਰ ਗੱਲ ਹੁੰਦੀ ਰਹੀ ਹੈ ਔਰ ਸਾਨੂੰ ਇਹੀ ਸੀਗਾ ਕਿ ਜਲਦੀ ਤੋਂ ਜਲਦੀ ਜਿਹੜੀ ਹੈਗੀ ਹੈ ਅਰੈਸਟ ਕਰਕੇ ਜਲਦੀ ਆਪਾਂ CM ਸਾਹਿਬ ਵੱਲੋਂ ਵੀ ਇਹ ਸਟ੍ਰਿਕਟ ਇੰਸਟਰਕਸ਼ਨਸ ਹੈ ਕਿ ਕੋਈ ਵੀ ਹੋਵੇ ਬੇਸ਼ੱਕ ਜਿਹੜਾ ਹੈਗਾ ਲੋਅ ਸਾਰਿਆਂ ਲਈ ਇੱਕੋ ਜਿਹਾ ਔਰ ਜਲਦ ਤੋਂ ਜਲਦ ਜਿਹੜੀ ਹੈਗੀ ਸਾਰਿਆਂ ਦੀ ਅਰੈਸਟ ਹੋਣੀ ਚਾਹੀਦੀ